ਹੈਲੋ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਹਾਂਜੀ, ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਸੋਹਣਾ ਅਤੇ ਰੈਡੀਮੇਡ ਵਰਗਾ ਡਿਜ਼ਾਇਨ ਬਣਾਉਣ ਲੱਗੇ ਹਾਂ। ਇਹ ਡਿਜ਼ਾਇਨ ਬਹੁਤ ਹੀ ਸੌਖਾ ਬਣ ਜਾਂਦਾ। ਇਹ ਆਪਾਂ ਜਾਕਟ ਕੋਟੀ ਜਿਸ ਕਿਸ ਮਰਜ਼ੀ ਬਣਾ ਲਈਏ ਸਵੈਟਰ 'ਚ ਬਹੁਤ ਹੀ ਸੋਹਣਾ ਲੱਗਦਾ। ਬਾਰਡਰ ਬਣਾ ਕੇ ਆਪਾਂ ਡਿਜ਼ਾਇਨ ਦੀ ਪਹਿਲੀ ਸਿਲਾਈ ਜਿਹੜੀ ਆਪਾਂ ਪਹਿਲਾ ਕੁੰਡਾ ਆਪਾਂ ਲਾ ਲੈਣਾ, ਦੂਸਰਾ ਕੁੰਡਾ ਜਿਹੜਾ ਆਪਾਂ ਉਲਟਾ ਬਣਾਉਣਾ, ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬਣਾਉਣਾ, ਧਾਗਾ ਅੱਗੇ ਕਰਕੇ ਆਪਾਂ ਇੱਕ ਕੁੰਡਾ ਉਲਟਾ। ਇਹ ਬਾਰਡਰ ਦੀ ਤਰ੍ਹਾਂ ਆਪਾਂ ਸਾਰੀ ਸਿਲਾਈ ਬਣਾ ਲੈਣੀ, ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ, ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ, ਇੱਕ ਸਿੱਧਾ ਇੱਕ ਉਲਟਾ। ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ। ਹੁਣ ਆਪਣੀ ਡਿਜ਼ਾਇਨ ਦੀ ਦੂਸਰੀ ਸਿਲਾਈ ਸ਼ੁਰੂ ਹੋ ਗਈ। ਪਹਿਲਾ ਕੁੰਡਾ ਆਪਾਂ ਲਾ ਲੈਣਾ, ਦੂਸਰਾ ਕੁੰਡਾ ਆਪਣਾ ਸਿੱਧਾ ਬਣੂਗਾ, ਉੱਧਰ ਉਲਟਾ ਬਣਿਆ ਸੀ, ਇਹ ਕੁੰਡਾ ਉਲਟਾ। ਆਪਾਂ ਬਾਰਡਰ ਦੀ ਤਰ੍ਹਾਂ ਜਿਸ ਵੀ ਜਿਵੇਂ ਵੀ ਕੁੰਡਾ ਦੀਂਦਾ ਆਪਾਂ ਨੂੰ ਉਸੇ ਤਰ੍ਹਾਂ ਹੀ ਬਣਾਉਣਾ, ਸਿੱਧੇ 'ਤੇ ਸਿੱਧਾ ਉਲਟੇ 'ਤੇ ਉਲਟਾ। ਦੂਸਰੀ ਸਿਲਾਈ ਆਪਾਂ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਆ। ਹੁਣ ਆਪਣੀ ਡਿਜ਼ਾਇਨ ਦੀ ਤੀਸਰੀ ਸਿਲਾਈ ਆ ਗਈ। ਪਹਿਲਾ ਕੁੰਡਾ ਆਪਾਂ ਲਾ ਲੈਣਾ, ਦੂਸਰਾ ਕੁੰਡਾ ਆਪਾਂ ਉਲਟਾ ਬਣਾਉਣਾ, ਪਹਿਲੀ ਸਿਲਾਈ ਵਾਂਗ ਸਿੱਧਾ ਕੁੰਡਾ ਬਣਾਉਣਾ, ਉਲਟਾ ਸਿੱਧਾ, ਇਹ ਸਾਰੀ ਸਿਲਾਈ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ। ਹੁਣ ਆਪਣੀ ਚੌਥੀ ਸਿਲਾਈ ਆ ਗਈ। ਚੌਥੀ ਸਿਲਾਈ ਵੀ ਸਾਰੀ ਜਿਹੜੀ ਆਪਾਂ ਜੋ ਕੁੰਡਾ ਆਪਾਂ ਨੂੰ ਜਿਵੇਂ ਦਾ ਦਿੰਦਾ ਉਸੇ ਤਰ੍ਹਾਂ ਹੀ ਬਣਾਉਣਾ, ਸਿੱਧੇ 'ਤੇ ਸਿੱਧਾ ਉਲਟੇ 'ਤੇ ਉਲਟਾ। ਚੌਥੀ ਸਿਲਾਈ ਵੀ ਸਾਰੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ। ਚਾਰ ਸਿਲਾਈਆਂ ਆਪਾਂ ਪਾ ਲਈਆਂ ਬਾਰਡਰ ਵਾਂਗੂ। ਹੁਣ ਆਪਣੀ ਪੰਜਵੀਂ ਸਿਲਾਈ ਆ। ਪਹਿਲਾ ਕੁੰਡਾ ਲਾ ਲੈਣਾ, ਦੂਸਰਾ ਕੁੰਡਾ ਜਿਹੜਾ ਆਪਾਂ ਉਲਟਾ ਬਣਾ ਲੈਣਾ, ਧਾਗਾ ਪਿੱਛੇ ਕਰਕੇ ਜਿਹੜਾ ਇਹ ਆਪਣਾ ਕੁੰਡਾ ਸਿੱਧਾ, ਇਸ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ। ਪਹਿਲਾਂ ਸਿੱਧਾ ਬੁਣ ਲਿਆ, ਫਿਰ ਆਪਾਂ ਜਾਲੀ ਪਾਲੀ, ਫਿਰ ਇਸੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲਿਆ। ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲਏ, ਧਾਗਾ ਅੱਗੇ ਕੀਤਾ ਜਿਹੜਾ ਉਲਟਾ ਕੁੰਡਾ, ਇਹਨੂੰ ਉਲਟਾ ਹੀ ਬਣਾਉਣਾ, ਧਾਗਾ ਪਿੱਛੇ ਕਰਕੇ ਫਿਰ ਕੁੰਡਾ ਸਿੱਧਾ ਹੈਗਾ। ਸਿੱਧੇ ਨੂੰ ਪਹਿਲਾਂ ਆਪਾਂ ਇਹ ਬਣਾ ਲੈਣਾ, ਫਿਰ ਆਪਾਂ ਜਾਲੀ ਪਾ ਲੈਣੀ, ਫਿਰ ਆਪਾਂ ਸਿੱਧਾ ਬਣਾ ਲੈਣਾ। ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਂਦੇ ਜਾਣਾ, ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ। ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਈ ਜਾਣੇ ਆ। ਬਹੁਤ ਹੀ ਸੌਖਾ ਡਿਜ਼ਾਇਨ ਆ ਅਤੇ ਬਹੁਤ ਹੀ ਸੋਹਣਾ ਡਿਜ਼ਾਇਨ ਬਣਿਆ ਲੱਗਦਾ ਰੈਡੀਮੇਡ ਕੋਟੀ ਵਾਂਗੂ। ਇੱਕ ਕੁੰਡਾ ਉਲਟਾ, ਸਿੱਧੇ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਈ ਜਾਣੇ, ਵਲ ਪਾ ਕੇ ਇੱਕ ਸਿੱਧਾ। ਪਹਿਲਾਂ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲੈਣਾ, ਫਿਰ ਵਲ ਪਾ ਲੈਣਾ, ਫਿਰ ਸਿੱਧਾ ਬਣਾ ਲੈਣਾ, ਫਿਰ ਕੁੰਡਾ ਉਲਟਾ। ਇਹ ਸਿੱਧੇ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ।
कुंडा उल्टा ये कुंडा अपना सीधा बनावांगे। हम अपनी छेवीं सिलाई आ गई, छेवीं सिलाई से पहला कुंडा ला लेना अपना, दूसरा कुंडा जिहड़ा अपना सीधा बनूंगा, जिहड़ा उधरों उल्टा बनता इधरों सीधा बनना उल्टी साइड तो तग अगे करके आ जिहड़े आपां एक कुंडे तो तीन कुंडे बनाए ये तीन कुंडे जिहड़े आपां उल्टे बनाने आ, तीन कुंडे उल्टे बना देने ये तागा पिछे करके कुंडा सीधा ही बनाउणा। ये तीन कुंडियां दे तीन आपां उल्टे बना देने आ, ये सारी सिलाई जिहड़ी आपां इसे तरह ही बनाउणी आ। तिन्ना कुंडियां नूं जिहड़े आपां बनाए इक कुंडे तों ये कुंडे आपां उल्टे बनाउणे आ, ये कुंडा आपां सीधा बनूंगा, ये कुंडे तिन्ने आपां उल्टे बनाउणे आ। ये कुंडा सीधा बनूंगा, ये तीन कुंडे उल्टे, कुंडा सीधा बनूंगा, कुंडे उल्टे तीन सीधा कुंडा। जेडे एक कुंडे तो आप तीन बनाए उन्होंने आप उल्टी सिलाई तो उल्टे ही बनने। छे सिलाइया पै गई हम आप सत्तवीं सिलाई ते, सत्तवीं सिलाई ते पहला कुंडा ला लिया, दूसरा कुंडा जिहड़ा उल्टा अपना उल्टा ही बनाउणा। जिहड़े तीन कुंडे अपने ये हुण आपां सीधे बनाउणे, इधरों सीधी साइड तो सीधे ही बनाउणे आ तीन कुंडे। ये कुंडा उल्टा, ये तीन कुंडे आपां सीधे बनाउणे आ। ये अपनी सत्तवीं सिलाई आ, बहुत ही सौखा डिजाइन है तो बहुत ही सोहना लगता बनया वा। तिना कुंडियां दे जिहड़े आपां सीधे बनाउणे आ, एक कुंडा आपां उल्टा बनाउणा। कुंडा अपना उल्टा बन गया, कुंडा अपना सीधा बना लिया। हुण अपनी सिलाई जिहड़ी उल्टी साइड तो अठवीं सिलाई आ गई है। पहला कुंडा अपना ला लेना, तागा पिछे किया तो इन आपां सीधा बना लेना, तागा अगे करके। हुण आपां जिहड़े एक कुंडे तो तीन कुंडे बनाए सी, पहला कुंडा आपां इस तरह ला लेना बिना बुने, तो जिहड़े ये दो कुंडे आपां दोवां कुंडियां दा एक कुंडा कर देना। हुण आपां बैक साइड तो इस तरह सिलाई पा के जिहड़ा कुंडा आपां लाया सी ये कुंडे नूं आपां इस कुंडे उत्तों दी ला देना इस तरह। तागा पिछे करके कुंडा सीधा हो गया, तागा अगे करके कुंडा आपां ला लिया बिना बुनिया, तो ये दो कुंडियां दा आपां एक कुंडा कर देना। पिछली साइड इस तरह आपां सिलाई पा के इहनूं आपां इस कुंडे उत्तों दी ला देना, अपना एक कुंडा रह गया इत्थे। कुंडा अपना सीधा आ गया, हुण आपां पहला कुंडा ला लेना, ये दोवें कुंडियां दा आपां एक कुंडा बनावांगे। इस कुंडे नूं बैक साइड सिलाई पा के इस तरह ऐ ला देंगे उत्तों दी, तागा पिछे कीता कुंडा सीधा, तागा अगे करके कुंडा बिना बुने ला लिया। ये दो कुंडियां दा आपां एक कुंडा करता, ये कुंडा आपां पिछली साइड सिलाई पा के उत्तों दी ला देना। आप कुंडे दे बिना बुने ला लेना, दोवां दा एक कर देना आपां। इहनूं आपां इस तरह चक के दोवां इहदे कुंडे उत्तों दी ला देना। दोवां कुंडियां दा एक कुंडा, इहनूं आपां इस तरह इस कुंडे उत्तों दी ला देना।
धागा पिछे करके कुंडा सीधा, कुंडा बिना बुने ला लेना दोवां कुंडियां दा इक। कुंडे नूं आपां उत्तों दी ला देना, कुंडा सीधा, लास्ट वाला कुंडा आपां उल्टा बनावांगे। यही आपां 8 सिलाइयां पा पा के इस तरह डिजाइन बनाई जाना। बहुत ही सोहना डिजाइन लगता, रेडीमेड कोटी वांगू लगता डिजाइन। यह वेखो किड्डा सोहना बनिया, यह बन के तैयार होया। तुसीं वी बनाया जो ये डिजाइन दस्सिया जो, फिर भी तुहानूं ये डिजाइन किस तरह का लग्या। मिलदे हां जी आपां अगली वीडियो च। ओके बाय बाय।